किसान अंदोलन को लेकर हरियाणा के मुख्यमंत्री मनोहर लाल खट्टर का वड्डा बयान सामने आया है। खट्टर का कहना है कि अंदोलन के कारण ही करोना वध फैल रहा है, क्योंकि किसान पिंडों तो अंदोलन के आ रहे हैं तो अंदोलन तो पिंडों के जा रहे हैं। नाल ही मनोहर लाल खट्टर ने किसानों को अपील की है कि वह करोना का टैस्ट जरूर करवाउण ते सेहत सहूलतों के उत्ते ते सरकार दे उत्ते विश्वास रखण, क्योंकि करोना तो जिहड़ा बचा है वह जरूरी है। इस वेले अंदोलन दे विच वड्डी गिनती दे विच किसान बैठे ने जिन्हों का टैस्ट करना जरूरी बन जाता है। जो इस आंदोलन को लेकर के इतना बड़ा एक सरकार के साथ विरोध का एक वातावरण बनाए हुए थे, उनसे मैंने पिछले एक महीना पहले अपील की थी कि कम से कम इस आंदोलन के माध्यम से ये जो बीमारी आगे घातक बीमारी है इसका फैलाव ना हो, एक बार ही धरने समाप्त करने चाहिए। कोरोना समाप्ति के बाद फिर उनको धरने लगाने होंगे तो कोई नहीं रोकने वाला है, लेकिन वही चीज़ आज हमको सामने आई है कि उन धरनों के कारण से ये जो फैलाव हुआ है बहुत जगह पर, बहुत गाँव में तो हॉटस्पॉट बने इसी कारण से कि वहाँ के लोग लगातार धरनों में आ रहे हैं जा रहे हैं, इसके कारण से ये कठिनाई आई है। तो इसमें अभी भी ये सब नेता उस विषय को समझें जो ये बार बार रट लगाते हैं कि हम इंजेक्शन तो लगवा लेंगे लेकिन हम टेस्ट नहीं करवाएंगे। टेस्ट नहीं करवाएंगे तो पता ही नहीं लगता कौन व्यक्ति कोरोना से प्रभावित हो चुका है कौन नहीं हो चुका है। तो टेस्टिंग भी कराने के लिए और वो लोग आगे आएँ, और वास्तव में कोरोना से अगर कोई प्रभावित व्यक्ति पॉजिटिव आता है तो उसका इलाज होना चाहिए। अपनी व्यवस्थाओं यानी खास करके हेल्थ व्यवस्था, मेडिकल एजुकेशन की व्यवस्थाएं, इस पर भरोसा रखें, किसी प्रकार की शंका न करें। राजनीतिक तौर पर शंकाएं एक दूसरे पर हो सकती हैं, लेकिन हमने मेडिकल और हेल्थ सर्विसेज जैसे पवित्र कार्य पर भी अगर अपनी शंकाएं करनी शुरू कर दी तो ये एक बहुत ही मैं कहता हूँ छोटी सोच होगी। तो इस सोच से ऊपर उठ करके हम अभी सभी किसान बंधु जो धरनों पर बैठे हैं वो अपने टेस्ट जरूर कराएं, ये मेरी ओर से अपील है। जो मनोहर लाल खट्टर के इस बयान बारे किसान आगू सतनाम सिंह बैरू के नाल गलबात की गई तो उन्होंने की प्रतिक्रम दिता, ਤੁਸੀਂ ਉਹ ਵੀ ਸੁਣੋ। ਬੈਰੂ ਸਾਹਿਬ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਕਾਰਨ ਹੀ ਜਿਹੜਾ ਕਰੋਨਾ ਫੈਲ ਰਿਹਾ। ਇਹ ਬੜਾ ਹਾਸੋ ਜਿਹੀ ਗੱਲ ਹੈ। ਵੇਖੋ, ਕਿਸਾਨ ਤਾਂ ਇੱਥੇ ਦਿੱਲੀ ਤੇ ਆਲੇ ਦੁਆਲੇ ਬੈਠੇ ਨੇ, ਪੂਰੇ ਦੇਸ਼ ਚ ਪੂਰੀ ਦੁਨੀਆ ਵਿੱਚ ਕਿਸਾਨ ਅੰਦੋਲਨ ਨੇ ਇਹ ਸਾਰਾ ਫੈਲਾ ਦਿੱਤੀ ਬਿਮਾਰੀ ਜੀ। ਇੱਕ ਤਾਂ ਇਹ ਪੱਖ ਤੇ ਇਹਨਾਂ ਨੂੰ ਇਹ ਸ਼ਰਮ ਹੋਣੀ ਚਾਹੀਦੀ ਵੀ ਤੁਹਾਡੀਆਂ ਜਦੋਂ ਆ ਪੰਜ ਸੂਬਿਆਂ ਦੀਆਂ ਰੈਲੀਆਂ ਸੀ ਉਦੋਂ ਤੁਸੀਂ ਲੱਖਾਂ ਲੋਕ ਉੱਥੇ ਕਣਕ ਚਾੜਦੇ ਸੀ ਲੋਕਲ ਲੀਡਰਾਂ ਨੂੰ, ਪ੍ਰਧਾਨ ਮੰਤਰੀ ਸਾਹਿਬ ਨੇ ਬੋਲਣਾ, ਫਲਾਣੇ ਮੰਤਰੀ ਸੰਤਰੀ ਨੇ ਬੋਲਣਾ, ਲੋਕਾਂ ਦੀ ਭੀੜ ਇਕੱਠੀ ਕਰੋ, ਉਦੋਂ ਕਰੋਨਾ ਨਹੀਂ ਆਇਆ। ਤੇ ਸਾਡਾ ਤੇ ਇੱਕ ਵੀ ਕੇਸ ਇਸ ਏਡੇ ਵੱਡੇ ਧਰਨੇ ਦੇ ਵਿੱਚ ਅੱਜ ਤੀਕਰ ਕਿਸੇ ਵੀ ਜਥੇਬੰਦੀ ਦੇ ਧਿਆਨ ਚ ਇਹ ਨਹੀਂ ਆਇਆ ਵੀ ਕਰੋਨਾ ਉਹਦਾ ਧਰਨਿਆਂ ਦੇ ਵਿੱਚ ਕਿਸੇ ਵਰਕਰ ਨੂੰ ਅਟੈਕ ਹੋਇਆ ਕਰੋਨਾ ਦਾ ਜੀ। ਸੋ ਇਹ ਬੜੀਆਂ ਹਾਸੋ ਹੋਈ ਨੇ, ਸਾਨੂੰ ਮਤਾਂ ਦੇਣ ਦੀ ਬਜਾਏ ਆਪਦੇ ਪ੍ਰਧਾਨ ਮੰਤਰੀ ਨੂੰ ਮਤ ਦੇਵੇ ਜੀ। ਇਹ ਅਸੀਂ ਕੋਈ ਇਹਦੇ ਮੁੱਖ ਮੰਤਰੀ ਦੇ ਮਤ ਦੇ ਉੱਤੇ ਨਹੀਂ, ਸਾਡੇ ਬੜੇ ਮਾਹਿਰ ਡਾਕਟਰ ਨੇ, 40 ਡਾਕਟਰ ਤੇ ਸਾਡੇ ਪ੍ਰਾਈਵੇਟ ਉੱਥੇ ਸਾਡੀ ਦੇਖ ਰੇਖ ਕਰ ਰਹੇ ਨੇ। ਜਿਵੇਂ ਮੈਂ ਦੱਸਿਆ ਵੀ ਮੈਨੂੰ ਅਟੈਕ ਹੋ ਗਿਆ ਸੀ 5 ਤਰੀਕ ਨੂੰ, ਉਹ ਕੋਈ ਹੋਰ ਸਰੀਰਕ ਫਲਟ ਸੀ ਮੇਰੇ ਵਿੱਚ, ਪੁਰਾਣੇ ਮੇਰਾ ਦਾਜ ਚੱਲਦਾ ਤੇ ਉੱਥੇ ਮੈਨੂੰ ਡਾਕਟਰਾਂ ਨੇ ਕੰਟਰੋਲ ਕਰ ਲਿਆ। ਸੋ ਐਸੀ ਕੋਈ ਗੱਲ ਨਹੀਂ ਸਾਡੇ, ਤਾਂ ਇਹ ਤਾਂ ਬੜੀ ਹਾਸੋ ਹੀ ਨੂੰ ਮੈਂ ਕਹਿੰਦਾ ਵਾ, ਮੁੱਖ ਮੰਤਰੀ ਸਾਹਿਬ ਨੂੰ ਸੰਭਲ ਕੇ ਬੋਲਣਾ ਚਾਹੀਦਾ। ਜਿਹੜਾ ਸੂਬੇ ਦਾ ਮੁੱਖ ਮੰਤਰੀ ਉਹਦਾ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ, ਉਹਨੂੰ ਬੜੀ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ। ਬੈਰੂ ਸਾਹਿਬ, ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨ ਵਾਰੀਆਂ ਬੰਨ ਕੇ ਆ ਜਾ ਰਹੇ ਨੇ ਅੰਦੋਲਨ ਤੋਂ ਪਿੰਡਾਂ ਦੇ ਵਿੱਚ ਤੇ ਪਿੰਡਾਂ ਤੋਂ ਅੰਦੋਲਨ ਦੇ ਵਿੱਚ, ਉਹਦੇ ਨਾਲ ਜ਼ਿਆਦਾ ਫੈਲਾਅ ਹੋ ਰਿਹਾ, ਖਾਸ ਕਰ ਹਰਿਆਣਾ। ਬਿਲਕੁਲ ਗਲਤ ਗੱਲ ਹੈ, ਬਿਲਕੁਲ ਗਲਤ ਗੱਲ ਹੈ। ਇਹ ਇਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ। ਕਿਸਾਨ ਵਾਰੀਆਂ ਬੰਨ ਕੇ ਬੜੇ ਸੀਮਿਤ ਘਰਾਂ ਚੋਂ ਨਿਕਲਦੇ ਨੇ, ਇੱਕ ਗੱਡੀ ਹੁਣ ਟਰਾਲੀਆਂ ਦੇ ਬਜਾਏ ਕਾਰਾਂ ਤੇ ਜਾ ਰਹੇ ਨੇ। ਪੰਜਾਬ ਤੇ ਤੁਸੀਂ ਵੇਖ ਲਓ, ਆ 10 ਤਰੀਕ ਨੂੰ ਅਸੀਂ ਗਏ ਹਾਂ ਜਾਂ ਖਡੌਰੀਆਂ ਤੋਂ ਗਏ ਹਾਂ। ਅਸੀਂ ਤਾਂ ਬੜੇ ਸੀਮਿਤ ਹਰਿਆਣੇ ਦੇ ਲੀਡਰਾਂ ਨੇ ਔਰ ਪੰਜਾਬ ਦੇ ਲੀਡਰਾਂ ਨੇ, ਯੂਪੀ ਦੇ ਲੀਡਰਾਂ ਨੇ, ਪੱਕਾ ਧਰਨਾ ਸਾਡਾ ਚੱਲ ਰਿਹਾ। ਲੋੜ ਅਨੁਸਾਰ ਅਸੀਂ ਭੀੜ ਇਕੱਠੀ ਕਰਦੇ ਹਾਂ, ਸਾਨੂੰ ਕੋਈ ਸ਼ੌਂਕ ਨਹੀਂ ਅਸੀਂ ਬਈ ਕਰੋੜ ਬੰਦਾ ਇਕੱਠਾ ਕਰੀਏ। ਸਾਡਾ ਜਿੰਨਾ ਧਰਨੇ ਦੀ ਲੋੜ ਹੈ ਲੋੜ ਮੁਤਾਬਕ ਅਸੀਂ ਕਰ ਰਹੇ ਹਾਂ। ਤੇ ਇਹ ਜਿਹੜੀ ਇਹ ਸਲਾਹ ਸਰਕਾਰ ਨੂੰ ਦੇਵੇ, ਆਪਣੀ ਕੇਂਦਰ ਸਰਕਾਰ ਸਾਹਮਣੇ ਰੱਖੇ ਔਰ ਹੁਣ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ 12 ਰਾਜਸੀ ਪਾਰਟੀਆਂ ਦੇ ਵਿੱਚ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਸੰਬੋਧਨ ਹੋ ਕੇ ਵੀ ਇਹਨਾਂ ਲੋਕਾਂ ਤੇ ਰਹਿਮ ਕਰੋ ਵੀ ਜੇ ਕੋਈ ਕਿਸੇ ਤਰ੍ਹਾਂ ਦੀ ਭਿਆਨਕ ਬਿਮਾਰੀ ਦੀ ਲਪੇਟ ਕੇ ਧਰਨਾ ਕਰੀ ਆ ਗਏ ਤੇ ਇਹਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੇ ਹੋਏ।
ਤੇ ਇੱਕ ਉਹਨਾਂ ਨੇ ਇਹ ਵੀ ਕਿਹਾ ਹੈ ਖੱਟੜ ਸਾਹਿਬ ਨੇ ਕਿ ਮੈਂ ਅਪੀਲ ਕਰਦਾ ਹਾਂ ਕਿਸਾਨ ਆਪਦੇ ਕੋਰੋਨਾ ਦੇ ਟੈਸਟ ਕਰਵਾ ਲੈਣ ਤਾਂ ਜੋ ਪਤਾ ਲੱਗ ਸਕੇ ਕਿ ਕੌਣ ਬਿਮਾਰ ਹੈ ਕੌਣ ਠੀਕ ਹੈ। ਵਿਰੋਧ ਨੀ ਕਰਦੇ ਕਿਸਾਨ ਆਪਦੀ ਮਰਜ਼ੀ ਨਾਲ ਆਪੇ ਲਵਾ ਰਹੇ ਨੇ ਔਰ ਕਿਸਾਨ ਲਵਾ ਰਹੇ ਨੇ, ਅਸੀਂ ਕੋਈ ਰੋਕ ਨੀ ਰਹੇ ਉਹਨਾਂ ਦੇ ਕੈਂਪਾਂ ਚ, ਕੋਈ ਵਿਘਨ ਨੀ ਪਾ ਰਹੇ। ਸਰਕਾਰ ਦੇ ਉੱਥੇ ਡਾਕਟਰ ਜਾਣ, ਟੀਮਾਂ ਜਾਣ ਔਰ ਜਿਹਨੂੰ ਲੋੜ ਹੋਈ ਜਿਹੜਾ ਮਹਿਸੂਸ ਕਰੇਗਾ ਲਵਾਉਣਾ ਲਵਾਉਣਗੇ। ਕਿਸਾਨ ਸਮਝਦਾਰ ਨੇ, ਇੰਨੇ ਹੁਣ ਕੋਈ ਅਨਪੜ੍ਹ ਤਾਂ ਹੈਗੇ ਨੀ। ਨਹੀਂ ਵੈਕਸੀਨ ਤਾਂ ਦਵਾਈ ਜਿਹੜਾ ਟੀਕਾ ਹੈ ਉਹ ਲਾਉਣ ਦੀ ਗੱਲ ਤਾਂ ਕਿਸਾਨ ਮੋਰਚੇ ਵੱਲੋਂ ਕਹੀ ਗਈ ਹੈ, ਪਰ ਟੈਸਟਾਂ ਦੀ ਗੱਲ ਕਹੀ ਹੈ, ਟੈਸਟ ਕਰਵਾਉਣ ਨੂੰ ਕਿਹਾ ਖੱਟਰ ਸਾਹਿਬ ਨੇ। ਉਹ ਉਹਦੇ ਵਿੱਚ ਸਾਰਾ ਕੁਛ ਆ ਗਿਆ, ਅਸੀਂ ਸਾਡੇ ਤੇ ਸ਼ਰਤਾਂ ਲਾਉਣ ਦੀ ਲੋੜ ਨਹੀਂ, ਸਾਨੂੰ ਆਪਦੀ ਜ਼ਿੰਦਗੀ ਪਿਆਰੀ ਹੈ ਜੀ, ਅਸੀਂ ਖਤਰੇ ਵਿੱਚ ਪਾ ਰਹੇ ਕਿਸਾਨ। ਅਸੀਂ ਤਾਂ ਰੈਜੂਲੇਸ਼ਨ ਕਰਤਾ ਵੀ ਜਿਹੜੇ ਇਹ ਸਾਰੇ ਕਾਨੂੰਨ ਨੇ ਇਹ ਕੋਰੋਨਾ ਮਹਾਮਾਰੀ ਤੋਂ ਵੀ ਖਤਰਨਾਕ ਨੇ ਜੀ, ਕਿਉਂਕਿ ਇਹ ਜੇ ਇੱਕ ਪਰਿਵਾਰ ਦਾ ਇੱਕ ਜੀ ਇਸ ਬਿਮਾਰੀ ਦੀ ਲਪੇਟ ਚ ਜਾਂਦਾ ਹੈ ਤੇ ਉਹ ਤੇ ਇੱਕ ਪਰਿਵਾਰ ਦਾ ਜੀ ਚਲਾ ਗਿਆ, ਤੇ ਇਹ ਸਦੀਆਂ ਦੇ ਕਿਸਾਨਾਂ ਦਾ ਜਿਹੜਾ ਸਵਾਇ ਮਾਲ ਹੀ ਖਤਰੇ ਚ ਪੈ ਗਿਆ, ਤਾਂ ਅਸੀਂ ਇਹ ਰਜ਼ਕੀ ਇਹ ਅੰਦੋਲਨ ਬਣ ਗਿਆ, ਅਸੀਂ ਜਾਨਾਂ ਦੀਆਂ ਨਾ ਪਰਵਾਹ ਕਰਦੇ ਹਾਂ ਅਸੀਂ ਇਹ ਅੰਦੋਲਨ। ਔਰ ਇਹ ਫਿਰ ਮੈਂ ਭੌਂਕੇ ਕਹਿਣਾ ਚਾਹੁੰਦਾ ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਕਿਰਪਾ ਕਰਕੇ ਆਪਣੇ ਪ੍ਰਧਾਨ ਮੰਤਰੀ ਨੂੰ ਮਤ ਦਿਓ, ਜੇ ਮਨੁੱਖੀ ਕਦਰਾਂ ਕੀਮਤਾਂ ਮਾੜੀਆਂ ਜੀ ਵੀ ਤੇਰੀ ਅਖਲਾਕ ਦੇ ਵਿੱਚ ਜਿਉਂਦੀਆਂ ਨੇ ਤੇ ਆਪਣੇ ਪ੍ਰਧਾਨ ਮੰਤਰੀ ਨੂੰ ਦਿਓ ਵੀ ਇਹਨਾਂ ਲੋਕਾਂ ਨੂੰ ਕਿਉਂ 6 ਮਹੀਨੇ ਤੋਂ ਵੱਧ ਹੋ ਗਏ ਪਾਇਆ, ਜੇ ਹੁਣ ਦੇਸ਼ ਵਿੱਚ ਮਹਾਂਮਾਰੀ ਫੈਲ ਗਈ ਚੋਣਾਂ ਤੋਂ ਇਹ ਹਾਰ ਗਏ ਤੇ ਫਿਰ ਹੁਣ ਸਾਡੇ ਨਾਲ ਗੱਲਬਾਤ ਕਰਕੇ ਸਾਡੀਆਂ ਜਾਇਜ਼ ਮੰਗਾਂ ਨੇ ਆਪਣੇ ਮੰਨ ਲੈਣ, ਜਿਹੜੀਆਂ ਰਾਜਸੀ ਪਾਰਟੀਆਂ ਨੇ ਵੀ ਇਹੀ ਅਪੀਲ ਕੀਤੀ ਹੈ ਜੀ, ਚਿੱਠੀ ਚ ਸਾਫ਼ ਉਹਨਾਂ ਲਿਖਿਆ ਹੈ ਵੀ ਹੁਣ ਕਿਰਪਾ ਕਰੋ ਦੇਸ਼ ਦੇ ਹਾਲਾਤਾਂ ਮੁਤਾਬਕ ਬਿਮਾਰੀ ਦਾ ਮਹਾਂਮਾਰੀ ਕਾਰਨ ਤੁਸੀਂ ਕਿਸਾਨਾਂ ਨੂੰ ਟੇਬਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਹ ਗੱਲ ਬਤਾਓ, ਔਰ ਇਹ ਭੁੱਖਮਰੀ ਦੇਸ਼ ਦੀ ਜਿਹੜਾ ਨਾਜ ਪੈਦਾ ਕਰਦਾ ਇਹਨਾਂ ਨੇ, ਇਹਨਾਂ ਨੂੰ ਖੇਤਾਂ ਚ ਭੇਜੋ ਇੱਥੇ ਬਾਣ ਦੀ ਬਜਾਏ ਜੀ। ਮਿਹਰਬਾਨੀ ਵੀਰੋ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ, ਧੰਨਵਾਦ। ਦੱਸ ਦਈਏ ਕਿ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਪੱਕੇ ਮੋਰਚੇ ਲਗਾ ਕੇ ਬੈਠੇ ਨੇ, ਤੇ ਦੂਜੇ ਪਾਸੇ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਇੱਕ ਵਾਰ ਤੁਸੀਂ ਅੰਦੋਲਨ ਖਤਮ ਕਰ ਦਿਓ, ਕੋਰੋਨਾ ਮਹਾਮਾਰੀ ਦਾ ਪ੍ਰਕੋਪ ਘੱਟ ਹੋ ਜਾਵੇ ਤੇ ਉਸ ਤੋਂ ਬਾਅਦ ਦੁਬਾਰਾ ਆ ਕੇ ਅੰਦੋਲਨ ਸ਼ੁਰੂ ਕਰ ਲਓ। ਪਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਅੰਦੋਲਨ ਨੂੰ ਇਸ ਮੁਕਾਮ ਤੱਕ ਲੈ ਕੇ ਗਏ ਨੇ, ਦੁਬਾਰਾ ਲਿਜਾਣਾ ਬੜਾ ਮੁਸ਼ਕਿਲ ਹੈ। ਇਸ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਧਰਮਿੰਦਰ ਸੰਧੂ, ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।